ਪਟਿਆਲਾ ਪੁਲਿਸ ਨੂੰ ਜਿਵੇਂ ਟੀਮ ਪਟਿਆਲਾ ਵੱਲੋਂ ਇੱਕ ਜੁਰਾਇਮ ਪੇਸ਼ਾ ਲੋਕਾਂ ਦੇ ਵਿਰੁੱਧ ਜੋ ਕੰਪੇਨ ਚਲਾਈ ਜਾ ਰਹੀ ਹੈ ਉਹਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ, ਜਦੋਂ ਕਿ 28 ਤਰੀਕ ਨੂੰ ਜਿਹੜਾ ਤੇਪਲਾ ਕੋਲੋਂ ਥਾਣਾ ਸ਼ੰਭੂ ਕੋਲੋਂ ਇਹ ਸਪੂਰਨ ਸਿੰਘ ਨੂੰ ਅਗਵਾ ਕੀਤਾ ਸੀ, ਉਹਨੂੰ ਅਸੀਂ ਜਿੰਦਾ ਅਤੇ ਬਿਨਾਂ ਕੋਈ ਨੁਕਸਾਨ ਪਹੁੰਚਿਆ ਸਹਾਰਨਪੁਰ ਯੂਪੀ ਦੇ ਵਿੱਚੋਂ ਰਿਕਵਰ ਕਰਨ 'ਚ ਕਾਮਯਾਬ ਰਹੇ ਹਾਂ। ਉਹਦੇ ਵਿੱਚ ਅਸੀਂ ਉੱਥੇ ਨਾਲ ਸਾਡੇ ਪਟਿਆਲਾ ਪੁਲਿਸ CIA ਪਟਿਆਲਾ ਅਤੇ SPD ਦੀ ਅਗਵਾਈ ਦੇ ਵਿੱਚ ਪਾਰਟੀ ਉੱਥੇ ਅਸੀਂ ਉਹਨੂੰ ਪਹਿਲਾਂ ਫੜਦਿਆਂ ਦੋ ਲੜਕੇ ਅਸੀਂ ਅੰਬਾਲੇ ਤੋਂ ਫੜੇ, ਸੁਭਾਸ਼ ਅਤੇ ਬੰਟੀ, ਅਤੇ ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਸਹਾਰਨਪੁਰ ਰੇਲਵੇ ਸਟੇਸ਼ਨ ਤੋਂ ਕਿਡਨੈਪਰ ਦੇ ਦੋ ਸਾਥੀਆਂ ਨੂੰ ਕਾਬੂ ਕੀਤਾ, ਉਹਨਾਂ ਦੀ ਨਿਸ਼ਾਨਦੇਹੀ ਦੇ ਵਿੱਚ ਜਿਹੜਾ ਕਲਸੀ ਪਿੰਡ ਵਿਖੇ ਅਸੀਂ ਅੱਗੇ ਲੈ ਗਏ ਉਹਨਾਂ ਨੂੰ, ਜਿਹਦੇ ਵਿੱਚ ਜਿੱਥੇ ਕਿ ਸਪੂਰਨ ਸਿੰਘ ਨੂੰ ਅਗਵਾ ਕਰਕੇ ਰੱਖਿਆ ਹੋਇਆ ਸੀ। ਜਦੋਂ ਦੇਖਿਆ ਪਹਿਲਾਂ ਉਹਨਾਂ ਨੂੰ ਮਤਲਬ ਇਮੀਡੀਏਟਲੀ ਰਿਐਕਟ ਨਹੀਂ ਕੀਤਾ, ਫਿਰ ਇੱਕਦਮ ਉਹਨਾਂ ਨੇ ਫਾਇਰ ਕਰਨਾ ਸ਼ੁਰੂ ਕਰਤਾ, ਫਾਇਰ ਕਰਤਾ, ਪੁਲਿਸ ਨੇ ਉਹ ਫਾਇਰ ਕੀਤਾ, ਪਰ ਸਾਡੇ ਅਸੀਂ ਇਹਨੂੰ ਕਹਿੰਦੇ ਵੀ ਕਾਮਯਾਬੀ ਅਤੇ ਸਾਡੀ ਲੱਕ ਨੇ ਵੀ ਸਾਨੂੰ ਸਪੋਰਟ ਕੀਤਾ ਵੀ ਉਹਦੇ 'ਚ ਉਹਨੂੰ ਬੜੇ ਪ੍ਰੋਫੈਸ਼ਨਲ ਢੰਗ ਨਾਲ ਘੇਰਾ ਪਾਇਆ, 5 ਏਕੜ ਦਾ ਕਮਾਦ ਸੀ, ਉਹਦੇ ਵਿੱਚੋਂ ਸਪੂਰਨ ਸਿੰਘ ਉਹਨਾਂ ਨੂੰ ਜਿੰਦਾ ਰਿਕਵਰ ਕਰਨ 'ਚ ਕਾਮਯਾਬ ਹੋਏ ਹੈ। ਅਤੇ ਉਹਦੇ ਵਿੱਚ ਇੱਕ ਜਿਹੜਾ ਜਿਹਨੂੰ ਕਹਿੰਦੇ ਬਦਮਾਸ਼ ਜਿਹਦਾ ਭਾਨਾ ਨਾਂ ਦਾ ਸੀ ਉਹ ਇੰਜਰਡ ਹੋ ਗਿਆ, ਅਤੇ ਬਾਕੀ ਅਸੀਂ 4 ਆਦਮੀਆਂ ਨੂੰ ਇਹਦੇ 'ਚ ਗ੍ਰਿਫਤਾਰ ਕਰ ਲਿਆ। ਅਤੇ ਇਹਦੇ ਵਿੱਚ ਹੋਰ ਵੀ ਖੁਸ਼ੀ ਦੀ ਗੱਲ ਹੈ, DG ਪੰਜਾਬ ਨੇ ਅਤੇ ਗਵਰਨਮੈਂਟ ਲੈਵਲ 'ਤੇ ਇਸ ਗੱਲ ਦੀ ਬੜੀ ਪ੍ਰਸ਼ੰਸਾ ਕੀਤੀ ਵੀ ਬੜੇ ਪਟਿਆਲਾ ਪੁਲਿਸ ਨੇ ਬੜੇ ਪ੍ਰੋਫੈਸ਼ਨਲ ਢੰਗ ਦੇ ਨਾਲ ਇਹ ਸਾਡੀ ਕਾਰਵਾਈ ਕੀਤੀ ਹੈ। ਅਤੇ ਉਹ DG ਪੰਜਾਬ ਨੇ ਖਾਸ ਤੌਰ 'ਤੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ, ਅਤੇ ਉਹਨਾਂ ਨੇ ਬੜੀ ਇਸ ਗੱਲ ਦੀ ਸਰਾਹਨਾ ਕੀਤੀ ਹੈ ਅਤੇ ਪਟਿਆਲਾ ਪੁਲਿਸ ਨੂੰ ਹੱਲਾਸ਼ੇਰੀ ਵੀ ਦਿੱਤੀ ਹੈ ਵੀ ਤੁਸੀਂ ਬਹੁਤ ਚੰਗਾ ਕੰਮ ਕੀਤਾ। DG ਇੱਕ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ, ਸ਼੍ਰੀ ਦਿਨਕਰ ਗੁਪਤਾ ਦੇ DG ਜੁਆਇਨ ਕਰਨ ਤੋਂ ਬਾਅਦ ਪਹਿਲਾ ਇਨਾਮ ਹੈ ਜਿਹੜਾ ਉਹਨਾਂ ਨੇ ਪੰਜਾਬ 'ਚ ਕੋਈ ਦਿੱਤਾ ਉਹ ਪਟਿਆਲਾ ਪੁਲਿਸ ਨੂੰ ਮਿਲਿਆ, 1 ਲੱਖ ਰੁਪਏ ਦਾ ਕੈਸ਼ ਰਿਵਾਰਡ ਅਤੇ ਕੁਛ ਉਹਨਾਂ ਨੇ ਪ੍ਰਮੋਸ਼ਨਾਂ ਲਈ ਕਿਹਾ ਵੀ ਜਿਹਦੇ 'ਚ ਤੁਸੀਂ SSP ਮੈਨੂੰ ਕਿਹਾ ਵੀ ਤੁਸੀਂ ਲਿਖ ਕੇ ਭੇਜੋਗੇ ਤਾਂ ਉਹਦੇ 'ਚ ਜਿਹੜੀਆਂ ਜੋ ਪ੍ਰਮੋਸ਼ਨ ਬਣਦੀ ਹੈ ਉਹ ਕਰਾਂਗੇ ਅਤੇ ਨਾਲ ਉਹਦੇ 'ਚ ਜਿਹੜੀ DG ਡਿਸਕਸ ਹੈ ਜਿਹੜੀਆਂ ਅਸੀਂ ਰਿਕਮੈਂਡ ਕਰਾਂਗੇ। ਸਰ ਇਹਦੀ ਮਨਸ਼ਾ ਕੀ ਸੀ, ਕਿਉਂ ਕਿਡਨੈਪ ਕੀਤਾ ਅਤੇ ਜਿਹੜੀ ਫਰੋਤੀ ਦੀ ਗੱਲ ਕਰਦੇ ਕਿੰਨੀ ਫਰੋਤੀ ਜਿਹੜੀ ਮੰਗੀ ਗਈ ਸੀ? ਇਹਦੇ ਵਿੱਚ ਇਹਦੀ ਜੇ ਕਹਿ ਦਿਓ ਕਰਵਾਉਣ ਵਾਲਾ ਮੇਨ ਸੀਗਾ ਉਹ ਸੁਭਾਸ਼ ਸੀ ਤੇਪਲੇ ਪਿੰਡ ਵਾਲਾ, ਅਤੇ ਉਹਦਾ ਇੱਕ ਸਾਥੀ ਬੰਟੀ ਸੀ, ਅਤੇ ਜਿਹੜਾ ਮੇਨ ਕਰਨ ਵਾਲੇ ਦਾ ਸੀ ਇਰਸ਼ਾਦ ਜਿਹੜਾ ਉੱਥੇ ਐਗਜੀਕਿਊਟ ਕਰ ਰਿਹਾ ਸੀਗਾ ਜਿਹੜੇ ਕਿ ਬਦਮਾਸ਼ ਟਾਈਪ ਭਾਨਾ ਜਿਹੜਾ ਇਰਸ਼ਾਦ ਉਹਨਾਂ ਨੇ ਕੀਤਾ। ਮਨਸ਼ਾ ਇਹਨਾਂ ਦਾ 1 ਕਰੋੜ ਰੁਪਇਆ ਫਰੋਤੀ ਮੰਗਣ ਦਾ ਸੀ। ਇੱਕ ਹੋਰ ਜਿਹੜੀ ਤਫਤੀਸ਼ 'ਚ ਹੁਣ ਆਈ ਹੈ, ਅੱਜ ਅਸੀਂ ਇਹਨਾਂ ਨੂੰ ਪੇਸ਼ ਰਾਜਪੁਰਾ ਅਦਾਲਤ 'ਚ ਪੇਸ਼ ਕੀਤਾ, 8 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ। ਪਰ ਇੱਕ ਜਿਹੜੀ ਹੋਰ ਸਾਡੇ ਧਿਆਨ ਦੇ ਵਿੱਚ ਜਿਹੜੀ ਹੁਣ ਇਹਨਾਂ ਦੇ ਗੱਲ ਆਈ ਹੈ ਵੀ ਜਦੋਂ ਵੀ 1 ਕਰੋੜ ਦੀ ਫਰੋਤੀ ਮੰਗੀ ਸੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਬਹੁਤ ਲੰਮਾ ਸਮਾਂ ਵੇਟ ਨਹੀਂ ਕਰਨਾ ਸੀ, 50 ਲੱਖ 70 ਲੱਖ ਜਿੰਨੀ ਵੀ ਇਹਨਾਂ ਨੂੰ ਪੈਸੇ ਮਿਲਦੇ ਉਦੋਂ ਪੈਸੇ ਲੈਣ ਤੋਂ ਬਾਅਦ ਇਹਨੂੰ, ਕਿਉਂਕਿ ਕਮਾਦ ਦੇ ਵਿੱਚ ਰੱਖਿਆ ਹੋਇਆ ਸੀ, 5 ਏਕੜ ਕਮਾਦ ਸੀ ਜਿਹਦੇ ਵਿੱਚ ਇਹਨੂੰ ਕਲਸੀ ਪਿੰਡ 'ਚ ਰੱਖਿਆ ਹੋਇਆ ਸਹਾਰਨਪੁਰ ਵਿਖੇ, ਅਤੇ ਉਹ ਤਿੱਤਰੋ ਠਾਣਾ, ਅਤੇ ਉਹਨੂੰ ਉਦੋਂ ਬਾਅਦ ਨਾਲ ਦੀ ਨਾਲ ਆ ਜਿਹੜਾ ਸਪੂਰਨ ਸਿੰਘ ਨੂੰ ਮਾਰ ਦੇਣਾ ਸੀ ਕਿਉਂਕਿ ਉਹ ਸੁਭਾਸ਼ ਨੂੰ ਆਇਡੈਂਟੀਫਾਈ ਕਰਦਾ ਸੀ। ਅਤੇ ਇਸ ਜਾਣਕਾਰ ਸੀ ਸੁਭਾਸ਼ ਨੂੰ ਪਤਾ ਸੀ ਜਿਹਦੇ ਕੋਲ ਪੈਸੇ? ਹਾਂ, ਕਿਉਂਕਿ ਸੁਪੂਰਨ ਹੋਣਾ ਦੀ ਜੀਰਕਪੁਰ ਪਟਿਆਲੇ ਅਤੇ ਅੰਬਾਲੇ ਵਿਖੇ ਪ੍ਰੋਪਰਟੀਆਂ ਅਤੇ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦਾ, ਉਹਨੂੰ ਪਤਾ ਸੀ ਇਹਦੇ ਕੋਲ ਜ਼ਮੀਨ ਜਾਇਦਾਦ ਵੀ ਹੈਗੀ ਹੈ, ਵੇਚ ਕੇ ਵੀ ਦੇ ਦੂ ਅਤੇ ਇਹਦੇ ਕੋਲ ਪੈਸੇ ਵੀ ਕੋਈ ਹੈਗੇ ਆ, ਜਿਹਦੇ ਕਾਰਨ ਇਹਦਾ ਮੁੱਖ ਮਕਸਦ। ਸਰ ਅਪਰਾਧੀ ਦੇ ਜਿਹੜੇ ਦੋ ਦੱਸੇ ਨੇ ਤੁਸੀਂ ਤੇ ਦੋ ਗੈਂਗਸਟਰ ਸੀ ਉੱਥੇ ਦੇ, ਦੋ ਵੈਪਨ ਸੀ ਜਿਹੜੇ ਉੱਥੇ ਅਸੀਂ ਜਿਹੜਾ ਸਹਾਰਨਪੁਰ ਪੁਲਿਸ ਨੇ ਕਬਜ਼ੇ 'ਚ ਲੈ ਲਏ ਜਿਹਨਾਂ ਨਾਲ ਉਹਨਾਂ ਨੇ ਅੰਦਰੋਂ ਫਾਇਰ ਕੀਤਾ, ਤੇ ਇਹ ਉਹਨੂੰ ਕਹਿ ਦੋ ਵੀ ਬਦਮਾਸ਼ ਸੀ, ਉਹਨਾਂ ਦਾ ਮਕਸਦ ਈਜ਼ੀ ਮਨੀ ਸੀ। ਅਤੇ ਇਹਦਾ ਸੁਭਾਸ਼ ਦਾ ਵੀ ਇਹਨੂੰ ਇਹ ਦੇਖ ਲਿਆ ਵੀ ਇਹਦੇ ਕੋਲ ਕਾਰ 'ਤੇ ਆਉਂਦਾ, ਪੈਸੇ ਇਹਦੇ ਕੋਲ ਹੈਗੇ ਆ, ਇਹਨੂੰ ਫੜ ਕੇ ਈਜ਼ੀ ਟਾਰਗੇਟ ਸੋਚਦਿਆਂ ਹੋਇਆ ਇਹਨਾਂ ਨੇ ਸੋਚਿਆ ਵੀ ਇੱਧਰ ਕਵਰ ਕੀਤਾ। ਹਾਂਜੀ, ਫਾਇਰਿੰਗ ਦੇ ਵਿੱਚ ਇੱਕ ਭਾਨਾ ਨਾਂ ਦਾ ਜਿਹੜਾ ਬਦਮਾਸ਼ ਆ ਉਹ ਜ਼ਖਮੀ ਹੋਇਆ, ਅਤੇ ਅਸੀਂ ਲੱਕੀ ਹਾਂ ਵੀ ਸਾਡੀ ਪੁਲਿਸ ਪਾਰਟੀ ਦਾ ਕੋਈ ਨਹੀਂ ਹੋਇਆ ਨਾ ਹੀ ਸਹਾਰਨਪੁਰ ਪਾਰਟੀ ਦਾ ਹੋਇਆ। ਇੱਕ ਉਹਦੇ 'ਚ ਸਾਡੇ ਲਈ ਬੜੀ ਤਸੱਲੀ ਵਾਲੀ ਅਤੇ ਖੁਸ਼ੀ ਵਾਲੀ ਵੀ ਗੱਲ ਹੈ ਵੀ ਸਹਾਰਨਪੁਰ ਪੁਲਿਸ ਨਾਲ ਅਤੇ ADGP STF ਜਿਹੜੀ ਸਪੈਸ਼ਲ ਟਾਸਕ ਫੋਰਸ ਹੈ ਸ੍ਰੀ ਅਸੀਮ ਅਰੁਣ ਜਿਹੜੇ ਹੈਗੇ ਆ ਉਹਨਾਂ ਨਾਲ ਸਾਡਾ ਤਾਲਮੇਲ ਸੀ, ਉਹਨਾਂ ਨੇ ਵੀ ਸਾਨੂੰ ਬੜੀ ਮੋਰਲ
ਅਤੇ ਜੋ ਫੋਰਸ ਦੀ ਸਪੋਰਟ ਆ ਉਹ ਵੀ ਪੰਜਾਬ ਪੁਲਿਸ ਨੂੰ ਦਿੱਤੀ ਅਤੇ ਅਸੀਂ ਇਹਨਾਂ ਨੂੰ ਲੱਭਣ ਦੇ ਵਿੱਚ ਸੇਫ ਐਂਡ ਸਾਊਂਡ ਹੈ ਜਿਹੜਾ ਕਿਡਨੈਪ ਹੋਇਆ ਹੋਇਆ ਬੰਦੇ ਨੂੰ ਵਾਪਸ ਪਟਿਆਲੇ ਉਹਦੇ ਪਰਿਵਾਰ 'ਚ ਮਿਲਾਉਣ 'ਚ ਕਾਮਯਾਬ ਹੋਏ।